ਖੂਹੇ 'ਤੇ ਖਲੋਤੀਏ ਤੂੰ ਮਲ ਮਲ ਪੈਰ ਨਾ ਧੋ, ਬਾਗੇ ਚੰਬਾ ਖਿੜਾ ਰਿਹਾ ਤੂੰ ਬੈਠੀ ਯਾਰ ਪਰੋ। ਦੋਸਤੋ, ਇਸ ਸੁਹਾਗ ਰੂਪਾ ਜਿਹੜਾ ਗੀਤ ਸੁਣਾ ਕਰਦੇ, ਖਾਸ ਕਿ ਜਿਲ੍ਹੇ ਜਵਾਨੀ ਦੀ ਦਲੀਜ਼ ਪਰ ਲੜਕੀ ਕਦਮ ਰੱਖਦੀ ਹੈ ਤਾਂ ਉਹਦੇ ਮਨਾਂ 'ਚ ਬੜੇ ਖਿਆਲ ਆਉਂਦੇ ਹਨ, ਬਾਬਲ ਦਾ ਪਰ ਘਰ ਛੱਡੀ ਹੈ ਅਤੇ ਆਪਣੇ ਸਹੁਰੇ ਘਰ ਜਾਣੇ ਦਾ ਇੱਕ ਨਾਰ ਬੈਠਦੀ ਹੈ, ਤੌਲੇ ਤੌਲੇ ਕੇ ਲੱਗਦਾ ਚੂੜਾ ਹੱਥ 'ਚ ਬਾਬਲ ਦਾ ਘਰ ਛੁੱਟ ਕੇ ਦਾ, ਉਹਦੇ ਕਨੇ ਗੱਲ ਕਰ ਕਰਨੇ, ਉਹਦੇ ਮਨਾਂ ਦੀ ਗੱਲ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੇ। ਕੀ ਨਾਂ ਜੀ ਤੁਹਾਡਾ? ਮੋਨਿਕਾ ਸ਼ਰਮਾ। ਮੋਨਿਕਾ ਜੀ, ਕਿੰਨਾ ਚਿਰ ਹੋਇਆ ਬਾਬਲ ਦੇ ਘਰਾਂ ਦਾ ਪੈਰ ਪੁੱਟੇ ਅਤੇ ਅੱਜ ਸਹੁਰੀ ਨੇ ਘਰ ਪੁੱਜੇ? 2 ਸਾਲ। 2 ਸਾਲ ਹੋਈਏ, ਪਰ ਬੜਾ ਮੁਸ਼ਕਿਲ ਹੁੰਦਾ ਅਤੇ ਡਾਢਾ ਦੁੱਖ ਹੁੰਦਾ ਉਸ ਬਾਬਲ ਦੇ ਘਰ ਕੀ ਭੁੱਲਣਾ, ਅਜੇ ਵੀ ਚੇਤਾ ਹੁੰਦਾ ਜਾਂ ਅੱਗੋਂ ਸਹੁਰੇ ਘਰ ਪਿਆਰ ਮਿਲਾ ਦਾ ਪਿਛਲਾ ਭੁੱਲੀਏ ਦਾ? ਚੇਤਾ ਤਾਂ ਆਉਂਦਾ, ਅਗਲੇ ਸਹੁਰੇ ਘਰ ਮਿਲਾ। ਚੇਤਾ ਉੱਲਿਆ ਹੁੰਦਾ ਜਿਹੜਾ ਉਹਦਾ ਸੱਸ ਦਰੰਡ ਚੜ ਲਏ, ਚੜੀ ਦਰੰਡਾ ਜੇ ਤਾਂ ਕਰੀਆ ਬਚਾਏ ਨਹੀਂ ਬਚਾਏ ਬਚਾ ਆਪਣੀ ਪੱਖੀ ਦਾ ਜਾਂ ਉਧਰਲੀ ਪੱਖੀ ਦਾ? ਦੋਨੋਂ ਪੱਖੀ ਦਾ। ਇੱਕ ਗੱਲ ਹੈ, ਖਾਸ ਕਰੀਏ ਉਹ ਪੁਰਾਣੀਆਂ ਸੱਸਾਂ ਨੂੰ ਆ ਅਤੇ ਅੱਜ ਦੇ ਵਿੱਚ ਬੜਾ ਫਰਕ ਆਇਆ ਦਾ। ਅਗਰ ਸੱਸ ਨੂੰ ਕੀ ਧੀ ਸਮਝੇ ਤਾਂ ਮੇਰੇ ਖਿਆਲ ਉਹ ਲਿਆ ਪਿਆਰ ਕੋਤਾ ਨਹੀਂ ਲੱਭਦਾ। ਤੁਸੀਂ ਕਿਹਨੇ ਰੱਖੇ ਦਾ, ਧੀ ਬਣੀਆਂ ਰਹਾਂ ਵਾਲੀਆਂ ਜਾਂ ਨੂੰਹ ਬਣੀਆਂ? ਧੀ ਬਣੀਆਂ। ਕਿਹੜਾ ਕਿਹੜਾ ਗੁਣ ਹੁੰਦਾ ਧੀ ਬਣੀਆਂ ਰਹਾਉਣਾ ਵਾ ਸੱਸੂ ਕੋਲ? ਇਹੀਆਂ ਰਹਿਣਾ ਜਿਹੀਆਂ ਆਪਣੇ ਘਰ ਆਉਂਦੇ ਹੀ ਉੱਥੇ ਰਹਿਣਾ। ਇਹੀਆਂ ਰਹਿਣਾ ਚਾਹੀਦਾ, ਪਰ ਰੌਣ ਨਹੀਂ ਹੁੰਦਾ ਕਿਸੇ ਵੇਲੇ ਜਿਲ੍ਹੇ ਦਰੰਡ ਪਾਉਂਦੀ, ਮਾਂ ਦਰੰਡ ਚੜ੍ਹਦਾ ਗੁੱਸਾ ਨਹੀਂ ਹੁੰਦਾ, ਸੱਸ ਥੋੜ੍ਹਾ ਜਿਹੀ ਤ੍ਰਿਵੜੀ ਵਿਚਾੜੀ ਉੜੇ ਅਤੇ ਬੜਾ ਸੂਲ ਲੱਗਦੀ ਹੈ। ਕਦੇ ਲੱਗਿਆ ਸਰ? ਕਦੇ ਕਦੇ ਲੱਗੀ ਜਾਂਦਾ, ਕਦੇ ਕਦੇ ਲੱਗੀ ਜਾਂਦਾ। ਅਤੇ ਮਾਂ ਦੀ ਗੱਲਾਂ ਦਾ ਗੁੱਸਾ ਨਹੀਂ ਆਉਂਦਾ, ਸੱਸ ਦੀ ਗੱਲ ਦਾ ਗੁੱਸਾ ਕਿਉਂ ਹੁੰਦਾ? ਨਹੀਂ। ਅਤੇ ਸੱਸ ਵੀ ਮਾਂ ਹੋ? ਹਾਂ। ਅਤੇ ਫਿਰ ਗੁੱਸਾ ਕਰਨਾ ਚਾਹੀਦਾ? ਨਹੀਂ, ਨਹੀਂ ਕਰਨਾ ਚਾਹੀਦਾ। ਹਾਂ। ਇੱਕ ਗੱਲ, ਜੀ ਹੁਣ ਗ੍ਰਾਂ ਥਾਂ ਕੁੜੀਆਂ ਬਹੁਤ ਆਉਂਦੀਆਂ ਅੱਜ ਕੱਲ੍ਹ ਪੜ੍ਹੀ ਲਿਖੀ ਦੀਆਂ, ਪੜ੍ਹੀ ਲਿਖੀ ਦੀਆਂ ਕੁੜੀਆਂ ਕੀ ਉਹ ਸੋਚਦੀਆਂ ਪਈ ਸਾਨੂੰ ਖੁਦ ਮੁਖਤਿਆਰੀ ਤੋਂ ਹੈ, ਕਿਆ ਉਹ ਖੁਦ ਮੁਖਤਿਆਰੀ ਸਭ ਤੋਂ ਵੱਡਾ ਕਾਰਨ ਹੁੰਦਾ ਘਰਾਂ ਵਿੱਚ ਜਿਹੜੀ ਲੜਾਈ ਝਗੜੇ ਦਾ ਜਾਂ ਬੰਦਿਸ਼ਾਂ? ਨਹੀਂ, ਖੁਦ ਮੁਖਤਿਆਰੀ ਉਹ ਮੰਗਦੀਆਂ ਨੇ ਕੁੜੀਆਂ। ਹਾਂ। ਦੋਸਤੋ, ਗੱਲ ਸੱਚੀ ਹੈ, ਪਰ ਨਵੀਂ ਪੀੜ੍ਹੀ ਜਿਹੜੀ ਉਹਦੀ ਸੋਚ ਹੁੰਦੀ ਕਿ ਸਾਨੂੰ ਆਜ਼ਾਦੀ ਮਿਲੇ ਅਗਲਾ ਘਰ ਵੀ, ਪਰ ਪੁਰਾਣੇ ਲੋਕਾਂ ਬੰਦਿਸ਼ਾਂ ਹੁੰਦੀਆਂ ਥੋੜ੍ਹੀਆਂ, ਪਰ ਸੱਸਰੀਆਂ ਜਿਹੜੀਆਂ ਅਸੀਂ ਅੱਜ ਤੱਕ ਇੱਕ ਦੇਖਿਆ ਬੰਦੇ ਦੇ ਵਿੱਚ, ਖਾਸ ਕਰੀਏ ਅਗਰ ਬੰਦਾ ਆਪਣੀ ਮਾਓ ਕੀ ਮਾਂ ਸਮਝਦਾ ਅਤੇ ਸੱਸੂ ਮਾਂ ਵੀ ਉਨਾ ਕੁ ਪਿਆਰ ਕਰਦਾ ਜਿੰਨਾ ਆਪਣੀ ਮਾਂ ਵੀ ਕਰਦਾ, ਪਰ ਨੂੰ ਜਿਲ੍ਹੇ ਆਪਣੀ ਮਾਂ ਕਰਨਾ ਜਿੰਨਾ ਪਿਆਰ ਹੈ, ਇੰਨਾ ਖੁੱਲ੍ਹੀਏ ਦੂਈ ਮਾਂ ਕਰਨਾ ਨਹੀਂ ਕਰਦੀ। ਇਹ ਫਰਕ ਲੱਭਦਾ, ਕੀ ਲੱਭਦਾ? ਕਿਉਂਕਿ ਅੱਗੇ ਮਾਵੇਂ ਦਾ ਵੀ ਕਸੂਰ ਹੈ ਜਿਹੜੀਆਂ ਸੱਸਾਂ ਬਣਦੀਆਂ, ਅਗਰ ਉਹ ਨੂੰਹੇ ਕੀ ਧੀਆਂ ਬਣਾ ਲੈਣ ਤਾਂ ਮੇਰੇ ਖਿਆਲ 'ਚ ਕਦੇ ਕੋਈ ਫਾਸਲਾ ਨਹੀਂ ਰਹੇ।